ਵਾਹਿਗੁਰੂ ਜੀ ਕਾ ਖਾਲਸਾ ਪੰਥ ਜੀ। ਮੈਂ ਆਪ ਸਭ ਦਾ ਛੋਟਾ ਵੀਰ ਮਹਿੰਦਾ ਮੌਸਾ ਅਤੇ ਮੇਰੇ ਨਾਲ ਮੇਰੇ ਵੱਡੇ ਵੀਰ ਡਾਕਟਰ ਹਰਪਾਲ ਸਿੰਘ ਜੀ ਚਾਹਲ ਮੌਸਾ ਤੋਂ। ਅਸੀਂ ਅੱਜ ਨੂਰ ਮਹਿਲ ਸਾਡੇ ਵੱਡੇ ਭਾਅ ਜੀ ਸਰਦਾਰ ਇੰਦਰਜੀਤ ਸਿੰਘ ਜੀ ਸਤਾਰਾ ਇੰਟਰਨੈਸ਼ਨਲ ਸੰਗੀ ਮਾਸਟਰ ਜਿਹੜੇ ਕਿ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਨੇ, ਹੋਸਪਿਟਲ ਨੂਰ ਮਹਿਲ ਸਿਟੀ ਹੋਸਪਿਟਲ ਦੇ ਵਿੱਚ ਐਡਮਿਟ ਕੀਤੇ ਹੋਏ ਨੇ, ਇਹਨਾਂ ਨੂੰ ਅੱਜ ਮਿਲਣ ਵਾਸਤੇ ਆਏ ਸੀ। ਅਤੇ ਮੈਂ ਬੇਨਤੀ ਇਸ ਵੀਡੀਓ ਥਰੂ ਕਰਨਾ ਚਾਹੁੰਦਾ ਆਪਣੇ ਮੌ ਸਾਹਿਬ ਅਤੇ ਮੀਆਂ ਵਾਲ ਦੇ ਜਿੰਨੇ ਵੀ ਸਾਡੇ ਵੀਰ ਆ, ਇਹ ਭਾਅ ਜੀ ਹੁਣੇ ਕਾਫੀ ਸਮੇਂ ਤੋਂ ਜਦੋਂ ਤੱਕ ਮੈਂ ਫੌਜ ਸੰਭਾਲੀ ਆ ਸਾਡੀ ਪੰਥ ਦੀ ਸੇਵਾ ਹੀ ਕਰ ਰਹੇ ਆ। ਜਥਾ ਪ੍ਰਸਿੱਧ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸੇਵਾ ਨਿਭਾਈ ਆ, ਮਹਾਰਾਜ ਦਾ ਜਸ ਗਾਇਆ, ਸੰਗਤਾਂ ਨੂੰ ਮਹਾਰਾਜ ਦੇ ਨਾਲ ਜੋੜਨ ਦਾ ਬਹੁਤ ਬਹੁਤ ਵੱਡਾ ਉਪਰਾਲਾ ਇਹ ਕਰ ਰਹੇ ਆ। ਪਰ ਹੁਣ ਕੁਝ ਦਿਨਾਂ ਤੋਂ ਇਹਨਾਂ ਦੀ ਸਿਹਤ ਜਿਹੜੀ ਕਾਫੀ ਖਰਾਬ ਹੋ ਚੁੱਕੀ ਸੀ, ਅਤੇ ਇਸੇ ਕਰਕੇ ਮੈਂ ਅਤੇ ਮੇਰੇ ਵੱਡੇ ਭਾਅ ਜੀ ਡਾਕਟਰ ਹਰਪਾਲ ਸਿੰਘ ਜੀ ਚਾਹਲ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਮੌ ਸਾਹਿਬ, ਫਰੈਂਡਸ ਫੋਰ ਲਾਈਫ ਕਨੇਡਾ ਦੇ ਸਾਡੇ ਵੀਰਾਂ ਦੇ ਵੱਲੋਂ ਇਹ ਜਿਹੜਾ ਇੱਕ ਛੋਟਾ ਜਿਹਾ ਉਪਰਾਲਾ ਇਹ ਮਹਾਰਾਜ ਆਪ ਹੀ ਕਰਵਾਉਂਦੇ ਆ, ਅਸੀਂ ਕੁਛ ਨਹੀਂ ਕਰਨ ਵਾਲੇ। ਇਹਨਾਂ ਨੂੰ ਥੋੜ੍ਹੀ ਜਿਹੀ ਹੈਲਪ ਜਿਹੜੀ ਅਸੀਂ ਕਰ ਦਿੱਤੇ ਹਾਂ, 5000 ਰੁਪਏ ਜਿਹੜਾ ਫਰੈਂਡਸ ਫੋਰ ਲਾਈਫ ਕਨੇਡਾ ਵਾਲੇ ਗਰੁੱਪ ਸਾਡੇ ਭਰਾ ਆ ਟਰਾਂਟੋ ਤੋਂ ਉਹਨਾਂ ਵੱਲੋਂ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਪਿੰਡ ਮੌ ਸਾਹਿਬ ਦੇ ਵੱਲੋਂ 5000 ਰੁਪਈਆ ਵੀਰ ਜੀ ਦੀ ਹੈਲਪ ਜਿਹੜੀ ਕੀਤੀ ਗਈ ਆ। ਪਰ ਇਸ ਤਰ੍ਹਾਂ ਇਹ ਵੀ ਖਰਚਾ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਕਿਉਂਕਿ ਪ੍ਰੋਬਲਮ ਵੀ ਜ਼ਿਆਦਾ ਆ, ਤੁਹਾਨੂੰ ਪਤਾ ਹੀ ਆ। ਅਤੇ ਇੱਕ ਇਹਨਾਂ ਨੇ ਜਿਹੜੀ ਸਾਡੇ ਪੰਥ ਦੀ ਸਾਡੀ ਕੌਮ ਦੀ ਸੇਵਾ ਕੀਤੀ ਆ ਉਹਦੇ ਬਦਲੇ ਇਹ ਕੁਛ ਵੀ ਨਹੀਂ ਹੈ, ਇਹ ਬਿਲਕੁਲ ਘੱਟ ਆ। ਤੋ ਮੈਂ ਇਹ ਬੇਨਤੀ ਆਪਣੇ ਮੌ ਸਾਹਿਬ ਅਤੇ ਮੀਓਵਾਲ ਵਾਲੇ ਭਰਾਵਾਂ ਨੂੰ ਕਰਨੀ ਚਾਹੁੰਦਾ ਵੀ ਵੱਧ ਤੋਂ ਵੱਧ ਸਾਡੇ ਵੱਡੇ ਭਾਅ ਜੀ ਦੀ ਜਿਹੜੀ ਆਪਾਂ ਹੈਲਪ ਕਰਨੀ ਆ। ਇਹਨੂੰ ਆ ਟ੍ਰੀਟਮੈਂਟ ਚੱਲ ਰਿਹਾ ਸਿਟੀ ਹੋਸਪਿਟਲ ਦੇ ਵਿੱਚ ਅਤੇ ਕਾਫੀ ਕਿੰਨੇ ਦਿਨ ਹੋ ਗਏ ਜੀ ਐਡਮਿਟ? ਇਹਨਾਂ ਨੂੰ ਤੀਸਰਾ ਦਿਨ ਹੈ ਜੀ, ਅਤੇ ਉਸ ਤੋਂ ਪਹਿਲਾਂ ਗਾਂਧਰੇ ਤੋਂ ਵੀ ਟ੍ਰੀਟਮੈਂਟ ਚੱਲ ਰਿਹਾ ਸੀਗਾ, ਇਹਨਾਂ ਦਾ ਜੋ ਅਧਰੰਗ ਦਾ ਅਟੈਕ ਹੋ ਗਿਆ ਸੀਗਾ। ਹਾਂਜੀ, ਅਤੇ ਮੈਂ ਇਸ ਸੰਬੰਧ ਵਿੱਚ ਜੇ ਮੇਰੇ ਮੌਸਾ ਵਾਲੇ ਵੀਰ ਅਤੇ ਮੀਓਵਾਲ ਵਾਲੇ ਵੀਰ ਉਹੀ ਹੈਲਪ ਕਰ ਦੇਣ ਅਤੇ ਇਹਨਾਂ ਦੀ ਜਿਹੜੀ ਬਹੁਤ ਮਦਦ ਹੋ ਸਕਦੀ ਆ ਕਿਉਂਕਿ ਇਹ ਸਾਡੀ ਕੌਮ ਦੇ ਬਹੁਤ ਹੀ ਹੀਰੇ ਇਨਸਾਨ ਆ, ਇਹਨਾਂ ਨੂੰ ਸਾਂਭਣਾ ਸਾਡਾ ਫਰਜ਼ ਆ। ਅਤੇ ਮੈਂ ਬੇਨਤੀ ਇਹ ਵੀ ਕਰਨੀ ਚਾਹੁੰਦਾ ਵੀ ਪਿਛਲੇ ਦਿਨੀ ਸਾਨੂੰ ਸਾਰਿਆਂ ਨੂੰ ਪਤਾ ਵੀ ਸਾਡੇ ਮੌ ਸਾਹਿਬ ਗੁਰਦੁਆਰਾ ਸਾਹਿਬ ਦੀ ਸੇਵਾ ਜਿਹੜੀ ਉਹ ਚੱਲ ਰਹੀ ਆ ਅਤੇ 3 ਸਾਲ ਤੋਂ ਡਾਕਟਰ ਸਾਹਿਬ ਸੇਵਾ ਚੱਲ ਰਹੀ ਜੀ? 3 ਸਾਲ ਹੋ ਜਾਣੇ ਆਪਣੇ। 3 ਸਾਲ ਤੋਂ ਸੇਵਾ ਚੱਲ ਰਹੀ ਆ, ਪਰ ਪਿਛਲੇ ਮਹੀਨੇ ਕੁ ਪਹਿਲਾਂ ਸਾਡੇ ਕਿਸੇ ਵੀਰ ਨੇ ਸਾਡੇ ਗੁਰਦੁਆਰਾ ਸਾਹਿਬ ਦੀ ਜਿਹੜੀ ਢਾਈ ਹੋਈ ਇਮਾਰਤ ਹੈ ਉਹਦੀ ਫੋਟੋ ਫੇਸਬੁੱਕ 'ਤੇ ਪਾ ਕੇ ਇਹ ਲਿਖਿਆ ਸੀਗਾ ਵੀ ਇਹ ਕਾਰਜ ਵਾਲੇ ਨੇ ਆਪਣੇ ਪੈਸੇ ਕਮਾਉਣ ਲਈ ਇਹ ਸਾਰਾ ਕੁਛ ਕੀਤਾ। 2.5 ਸਾਲਾਂ ਬਾਅਦ ਚੇਤਾ ਆਇਆ। ਮੈਂ ਇਹ ਗੱਲ ਇਸ ਕਰਕੇ ਕਰ ਰਿਹਾ ਵੀ ਇਹ ਸਾਡੇ ਵੱਡੇ ਭਾਅ ਜੀ ਆ, ਇਹਨੇ ਤਾਂ ਕੌਮ ਦੀ ਸੇਵਾ ਕੀਤੀ ਆ, ਪੰਥ ਦੀ ਸੇਵਾ ਕੀਤੀ ਆ, ਇਹਨਾਂ ਨੇ ਸੰਗਤਾਂ ਨੂੰ ਗੁਰੂ ਨਾਲ ਜੋੜਿਆ ਆ। ਤੋ ਇਹਨਾਂ ਦੀ ਸੇਵਾ ਤੁਸੀਂ ਕਰ ਦਿਓ ਜੇ ਤੁਹਾਨੂੰ ਲੱਗਦਾ ਵੀ ਜਿਹੜਾ ਗੁਰਦੁਆਰਾ ਸੇਵਾ ਚੱਲ ਰਹੀ ਆ ਉੱਥੇ ਨਹੀਂ ਉਹ ਕੁਛ ਵੀ ਆ, ਭਾਵੇਂ ਚੰਗਾ ਹੋ ਰਿਹਾ ਜੋ ਮਾੜਾ ਹੋ ਰਿਹਾ ਉਹ ਤੁਹਾਡੀ ਸੋਚ 'ਤੇ ਡਿਪੈਂਡ ਆ। ਪਰ ਇਸ ਵੀਰ ਜੀ ਦੀ ਹੈਲਪ ਹੁਣ ਤੁਹਾਨੂੰ ਕਰਨੀ ਚਾਹੀਦੀ ਆ ਕਿਉਂਕਿ ਇਹਨਾਂ ਨੇ ਕਦੇ ਵੀ ਕੋਈ ਐਸਾ ਕੰਮ ਨਹੀਂ ਕੀਤਾ, ਸਿਰਫ ਸੰਗਤਾਂ ਨੂੰ ਗੁਰੂ ਦੇ ਨਾਲ ਹੀ ਜੁੜਿਆ ਆ। ਇਹਨਾਂ ਦਾ ਜਿਹੜਾ ਉਪਰਾਲਾ ਆ ਅਸੀਂ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਪ੍ਰਚਾਰਕ ਜਿਹੜੇ ਹੁੰਦੇ ਆ ਹਮੇਸ਼ਾ ਨਿਮਰ ਸੁਭਾਅ ਦੇ ਹੁੰਦੇ ਆ, ਨਿਮਰਤਾ ਦੇ ਨਾਲ ਹੀ ਸਾਰੀ ਸੰਗਤ ਦੇ ਵਿੱਚ ਵਿਚਰਦੇ ਆ। ਸੋ ਆਪਣੇ ਛੋਟੇ ਵੀਰ ਦੀ ਬੇਨਤੀ ਹੱਥ ਬੰਨ ਕੇ ਕਬੂਲ ਕਰਿਓ, ਸਾਡੇ ਸਰਦਾਰ ਇੰਦਰਜੀਤ ਸਿੰਘ ਜੀ ਸਤਾਰਾ ਇੰਟਰਨੈਸ਼ਨਲ ਸੰਗੀ ਮਾਸਟਰ ਪਿੰਡ ਮੀਆਂਵਾਲ ਤੋਂ, ਮੌਸਾ ਮੀਆਂਵਾਲ ਇੱਕੋ ਹੀ ਪਿੰਡ ਆ। ਸੋ ਮੈਂ ਆਪਣੇ ਪਿੰਡ ਦੇ ਵੀਰਾਂ ਨੂੰ ਬੇਨਤੀ ਕਰੂੰਗਾ ਵੀ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਵੇ ਤਾਂ ਜੋ ਇਹ ਸਿਹਤਮੰਦ ਹੋ ਕੇ ਫਿਰ ਆਪਣੀ ਕੌਮ ਦੀ ਸੇਵਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।